ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ ਨਾਲ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ। ਸੋਰੀ, ਸੂਬੇਦਾਰ ਮੇਜਰ ਕਿਰਪਾਲ ਸਿੰਘ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆਣ ਵੱਜਿਆ। ਮੈਂ ਦੁਬਾਰਾ ਆ ਜਾਂਦਾ, ਯੂ ਕੰਟੀਨਿਊ। ਪਰ ਮਾਫ ਕਰਨਾ, ਆ ਕੋਈ ਨਵਾਂ ਸੁਣ ਚੱਲਿਆ ਸਵਾਮੀ ਰਾਮਦੇਵ ਜੀ ਦਾ? ਉਹ ਨਹੀਂ ਜੀ, ਦਰਅਸਲ ਜਦੋਂ ਮੈਂ ਬਹੁਤ ਦੁਖੀ ਹੁੰਦੀ ਹਾਂ ਨਾ, ਫਿਰ ਮੈਂ ਆਪਣੇ ਪੈਰ ਉੱਪਰ ਚੱਕ ਕੇ ਇਹ ਵਾਲਾ ਆਸਨ ਕਰ ਲੈਂਦੀ ਹਾਂ। ਕਮਾਲ ਹੈ, ਇਹ ਤਾਂ ਸੁਣਿਆ ਸੀ ਕਿ ਖੁਸ਼ੀ 'ਚ ਬੰਦੇ ਦੇ ਪੈਰ ਥੱਲੇ ਨਹੀਂ ਲੱਗਦੇ ਅਤੇ ਦੁੱਖ 'ਚ ਉੱਪਰ ਵੀ ਚੱਕੇ ਜਾਂਦੇ, ਅੱਜ ਪਤਾ ਲੱਗਿਆ। ਖੈਰ, ਮੈਂ ਤਾਂ ਇਸ ਕਰਕੇ ਆਇਆ ਸੀ ਕਿ ਅੱਜ ਤੇਰੇ ਨਾਲ ਸਵੇਰੇ ਕੁੱਤੇ ਖਾਣੀ ਹੁੰਦੀ ਵੇਖੀ ਅਤੇ ਸੂਬੇਦਾਰ ਮੇਜਰ ਫੈਲਟ ਵੈਰੀ ਬੈਗ। ਹਾਏ, ਇਹਦਾ ਮਤਲਬ ਤੁਹਾਨੂੰ ਸਭ ਪਤਾ ਲੱਗ ਗਿਆ? ਮੈਨੂੰ ਤਾਂ ਤੁਰ ਅੰਦਰ ਦੀ ਗੱਲ ਵੀ ਪਤਾ ਲੱਗ ਗਈ, ਪਰ ਇਹਦੇ 'ਚ ਮੇਰਾ ਕੋਈ ਕਸੂਰ ਨਹੀਂ, ਇਹ ਸਭ ਜਨਾਨੀ ਵਾਲਾ ਚੱਕਰ ਇੰਨਾ ਕਰਕੇ ਪਿਆ। ਬੰਦੇ ਦੀ ਤਾਂ ਜਾਤ ਹੀ ਇੱਦਾਂ ਦੀ ਹੁੰਦੀ ਆ, ਘਰੇ ਚੰਗੀ ਭਲੀ ਸੋਹਣੀ ਜਨਾਨੀ ਛੱਡ ਕੇ ਬਾਹਰ ਦੂਜੀ ਮਗਰ ਖੇ ਖਾਣੋਂ ਨਹੀਂ ਹਟਦੇ। ਦੂਜੀ ਮਗਰ? ਹਾਏ, ਮੇਰੇ ਯਾਦ ਨਾ ਕਰਾਓ, ਮੈਂ ਤਾਂ ਲੁੱਟੀ ਗਈ, ਮੇਰੇ ਤਾਂ ਦਾਗ ਫੁੱਟ ਗਏ। ਭਾਗ ਫੁੱਟ ਗਏ ਹੁੰਦਾ, ਦਾਗ ਫੁੱਟ ਗਏ ਨਹੀਂ, ਪਰ ਤੁਸੀਂ ਚਿੰਤਾ ਨਾ ਕਰੋ, ਮੈਂ ਕੁਝ ਵੀ ਫੁੱਟਣ ਨਹੀਂ ਦਿੰਦਾ। ਮੇਰੀ ਮੰਨੋ, ਜਿੱਦਾਂ ਤੁਹਾਡਾ ਘਰ ਵਾਲਾ ਕਰਦਾ ਤੁਸੀਂ ਵੀ ਉਦਾਂ ਹੀ ਕਰੋ। ਹਾਂਜੀ, ਮੈਂ ਕੁਝ ਸਮਝੀ ਨਹੀਂ। ਅੰਗਰੇਜ਼ਾਂ ਨੇ ਇੱਕ ਚੀਜ਼ ਬਹੁਤ ਸੋਹਣੀ ਚਲਾਈ ਹੈ, ਐਕਸਟਰਾ ਮੈਰੀਟਲ ਅਫੇਅਰ, ਤੁਸੀਂ ਵੀ ਉਹੀ ਚਲਾਓ। ਪਰ ਜੀ, ਮੈਨੂੰ ਅੰਗਰੇਜ਼ੀ ਚੀਜ਼ਾਂ ਬਹੁਤ ਘੱਟ ਚਲਾਉਣੀਆਂ ਆਉਂਦੀਆਂ ਨੇ। ਮੈਂ ਤੈਨੂੰ ਕੋਈ ਨਾਸਾ ਦੀ ਮਿਜ਼ਾਈਲ ਚਲਾਉਣ ਨੂੰ ਕਹਿਤਾ? ਘਰ ਵਾਲੇ ਵਾਂਗੂ ਬਾਹਰ ਚੱਕਰ ਚਲਾਉਣ ਨੂੰ ਇਹ ਕਿਹਾ? ਪਰ ਜੀ, ਬਾਹਰ ਤਾਂ ਮੈਨੂੰ ਕੋਈ ਜਾਣਦਾ ਹੀ ਨਹੀਂ। ਫਿਰ ਅੰਦਰ ਚਲਾਓ, ਨਾ ਬਨੇਰੇ ਟੱਪਣ ਦੀ ਲੋੜ। ਹਾਏ, ਪਾਪ ਲੱਗੂਗਾ। ਜਿਸ ਤਰ੍ਹਾਂ ਦੇ ਅੰਦਰਲੇ ਦੇ ਹਾਲਾਤ ਨੇ, ਮੈਂ ਤਾਂ ਕਹਿੰਦਾ ਤੁਹਾਨੂੰ ਪੁੰਨ ਲੱਗੂਗਾ, ਨਾਲੇ ਪਾਪ ਤਾਂ ਲੱਗੂ ਜੇ ਮੈਂ ਤੁਹਾਨੂੰ ਦੋ ਬੇੜੀਆਂ 'ਚ ਪੈਰ ਧਰਨ ਨੂੰ ਕਹੂੰ। ਪਾਲੀ ਨੂੰ ਤਲਾਕ ਦਿਓ ਅਤੇ ਜਾਲੀ ਨਾਲ ਮੇਰਾ ਮਤਲਬ ਜੌਲੀ ਇਨਸਾਨ ਨਾਲ ਵਿਆਹ ਕਰਾਓ। ਸੂਬੇਦਾਰ ਭਾਜੀ, ਫਾਰ ਯੂਅਰ ਕਾਈਂਡ ਇਨਫੋਰਮੇਸ਼ਨ, ਸੂਬੇਦਾਰ ਭਾਜੀ ਕੋਈ ਪੋਸਟ ਨਹੀਂ ਹੁੰਦੀ। ਨਾਲੇ ਮੇਰੇ ਬਾਪੂ ਜੀ ਕਹਿ ਗਏ ਕਿ ਸਾਧ ਦੀ ਚੇਲੀ ਅਤੇ ਫੌਜੀ ਦੀ ਸਹੇਲੀ ਸਾਰੀ ਉਮਰ ਖਾਤਾ ਨਹੀਂ ਖਾਂਦੀ। ਕੁਛ ਸਮਝੇ ਮਿਸਿਜ਼ ਛੜਾ? ਪਲੀਜ਼, ਮੈਨੂੰ ਮਿਸਿਜ਼ ਛੜਾ ਨਾ ਕਿਹਾ ਕਰੋ, ਬੰਦਿਆਂ ਵਾਲੀ ਫੀਲਿੰਗ ਆਉਣ ਲੱਗ ਜਾਂਦੀ ਹੈ। ਚਲੋ ਨਹੀਂ ਕਹਿੰਦੇ, ਅੱਗੇ ਤੋਂ ਅਸੀਂ ਤੁਹਾਨੂੰ ਮਿਸਿਜ਼ ਛੜੀ ਕਹਿ ਲਿਆ ਕਰੋ। ਹਾਏ ਅੱਲਾ, ਲਾਲ ਛੜੀ ਮੈਦਾਨ ਖੜੀ, ਕਿਆ ਖੂਬ ਲੜੀ, ਕਿਆ ਖੂਬ ਲੜੀ। ਕੌਣ? ਓਏ ਹੈਪੀ, ਤੂੰ? ਚਾਚਾ, ਬੜੀਆਂ ਪਹਿਲਾਂ ਪਾਉਣ ਡੇ ਐ ਤੂੰ? ਫਿਰ ਚਾਚਾ ਪਹਿਲਾਂ ਪਾਉਂਦਾ ਹੀ ਵੇਖਿਆ, ਕਦੇ ਚਾਚੇ ਨੂੰ ਬਾਜ਼ੀ ਪਾਉਂਦੇ ਨੂੰ ਨਹੀਂ ਵੇਖਿਆ। ਤੇਰੀ ਜ਼ੁਰਤ ਕਿਵੇਂ ਪਈ ਮੇਰੇ ਘਰੇ ਵੜਨ ਦੀ? ਤੈਨੂੰ ਕਿਹਾ ਸੀ ਨਾ 31 ਤੱਕੇ ਮਕਾਨ ਖਾਲੀ ਚਾਹੀਦਾ। ਤੇਰੇ ਪਿਓ ਵਾਲਾ ਮਕਾਨ ਜਿਹੜਾ ਉਹਦਾ ਹਿੱਸਾ ਬਣਦਾ ਸੀ ਦੇਤਾ, ਤੂੰ ਹੁਣ ਕੀ ਲੈਣਾ ਆ ਵਿੱਚੋਂ? ਆਹ ਮਕਾਨ ਵੀ ਮੈਨੂੰ ਚਾਹੀਦਾ ਚਾਚਾ। ਸਾਲਿਓ, ਦੇਖਦੇ ਕੀ ਉਹ ਚਾਚੇ ਨੂੰ ਚੱਕ ਕੇ ਸੁੱਟੋ ਬਾਹਰ। ਆਜਾ ਹੱਥ ਲਾ ਕੇ ਵੇਖ, ਤੂੰ ਦੇਖ ਅਸੀਂ ਤਾਂ ਹੱਥ ਲਾਵਾਂਗੇ। ਮੈਂ ਤਾਂ ਮਜ਼ਾਕ ਕਰਦਾ ਸੀ। ਸਾਡੇ ਨਾਲ ਮਜ਼ਾਕ ਚਾਚਾ? ਸਾਲਿਓ, ਮਜ਼ਾਕ ਕਰਨ ਨੂੰ ਮੇਰੀ ਕਿਹੜਾ ਕੋਈ ਸਾਲੀ ਆ? ਮੈਂ ਭਤੀਜੇ ਨਾਲੇ ਮਜ਼ਾਕ ਕਰਨਾ, ਸੋ ਮੈਂ ਤਾਂ ਟੀਚਰ ਕਰ ਰਿਹਾ ਸੀ। ਪਲੀਜ਼ ਛੱਡ ਦਿਓ ਯਾਰ। ਚਲੋ, ਛੱਡ ਦਿਓ ਇਹਨਾਂ ਨੂੰ। ਚਾਚਾ, ਚਾਚੀ ਲਿਆਉਂਦੀ ਤਾਂ ਸਾਨੂੰ ਦੱਸਿਆ ਵੀ ਨਹੀਂ। ਅਰੇ, ਤੈਨੂੰ ਮਕਾਨ ਚਾਹੀਦਾ ਨਾ? ਆਹੋ ਦਿੱਤਾ ਤੇਰੇ ਮੂੰਹ 'ਚ ਮਕਾਨ। ਮੇਰਾ ਮਤਲਬ ਕੀ ਸ਼ੱਕਰ, ਖੁਸ਼ ਕੀਤਾ। ਇੱਕ ਵਾਰੀ ਫੇਰ ਕਿਹਾ ਚਾਚੀ? ਜਾ ਓਏ, ਮੈਂ ਕਹਿੰਦਾ ਚਾਚੀ, ਓ ਚਾਚਾ ਛੱਡੋ, ਪਹਿਲਾਂ ਚਾਚੀ ਚੱਕੋ ਓਏ। ਇਹਨਾਂ ਨੇ ਜਨਰੇਸ਼ਨ ਅੱਗੇ ਵਧਾ ਲਈ, ਮਕਾਨ ਦੇ ਕਈ ਹਿੱਸੇ ਪੈ ਜਾਣੇ ਆ। ਓਏ ਪਾਗਲੋ, ਮੈਂ ਇਹਨਾਂ ਦੀ ਕਿਰਾਏਦਾਰਾਂ ਹਾਂ। ਜਿੱਡਾ ਚਾਚਾ ਹਲਕਿਆ ਪਿਆ ਨਾ, ਇਹਨੂੰ ਮਾਲਕ ਨਹੀਂ ਬਣਾਉਣ ਲੱਗੇ ਟਾਈਮ ਲੱਗਣਾ। ਸਾਲਾ ਬੱਗਾ ਜਿਹਾ ਹਲਕਿਆਂ ਦਾ ਹੱਥ। ਬੇਸ਼ਰਮ, ਸਾਨੂੰ ਇੱਥੋਂ ਦਾ ਫੜੇ ਇੱਥੇ ਬਾਲ ਹੁੰਦੇ ਸਾਡੇ। ਅਜੇ ਤਾਂ ਤੂੰ ਮੇਰੇ ਨਹੀਂ ਦੇਖੇ, ਮੇਰਾ ਮਤਲਬ ਇਹ ਤਾਂ ਸਾਰਿਆਂ ਦੇ ਹੁੰਦੇ ਨੇ। ਧਾਣੋ ਚਾਚੀ ਨੂੰ। ਤੇਰੀ ਭੈਣ ਨੂੰ ਮੇਰੀ ਨੀਰੂ ਨੂੰ ਜੱਫਾ। ਸਾਲਿਆ, ਮੇਰੀ ਨੀਰੂ ਨੂੰ ਜੱਫਾ, ਇੰਨਾ ਤਾਂ ਕਦੇ ਦਲਜੀਤ ਨੇ ਨਹੀਂ ਪਾਇਆ। ਸਾਲਿਆ, ਤੂੰ ਕੌਣ? ਦੇਖ ਚਾਚੀ, ਦੇਖ ਦੇਖ ਦੇਖ, ਬੰਦੇ ਦੀ ਲੜਾਈ 'ਚ ਜਨਾਨੀ ਦਾ ਕੀ ਕੰਮ? ਐਵੇਂ ਸੱਟ ਸੁੱਟੇ ਵੱਜ ਜਾਂਦੇ ਬੰਦੇ ਦੇ। ਲੀਓ ਦੇ ਅੱਡੀ ਟੋਮੀ ਬਾਹੂ ਹੁਣ ਫੜੇ ਮੁੱਤਰ। ਸਾਲਾ ਢੀਠ ਕਿਸੇ ਥਾਂ ਦਾ, ਲੀੜੇ ਵੀ ਨਾਲ ਹੀ ਰੱਖ। ਚੱਕ ਲਓ ਚਾਚੀ, ਮਤਲਬ ਚਾਚੀ ਨਾ ਨਾ
ना ना छाल मार ए ले ए वाली नहीं